छत ऊपर करे पीएचई डिपार्टमेंट मुर्गाबाद 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 पीएचई जी तेरे पे पेड़ हो ए मता परतों केस में से बड़ा क्या समस्या सारी ये है कि साडे पानी नहीं आंदा दो दो महीने पानी नहीं आंदा फिर दो महीने के बाद जे एक बारी को आधा घंटा आ गया फिर मुड़िया दो महीने नहीं आना बोलदे ही होए कि मोटर खराब हो गई तारा ले गया कोई पुटी है बस अपने काम करने ना खेतरे मतरे अपने काम करने जेडे साडे मुलाजम ना कदी नहीं पानी छोड़दे ਕਿੰਨੇ ਚਿਰ ਦੀ ਸਮੱਸਿਆ ਤੁਹਾਨੂੰ ਇਹ ਸਾਨੂੰ ਡੇਢ ਮਹੀਨਾ ਹੋ ਗਿਆ ਸਰ ਘਰ ਪਾਣੀ ਨਹੀਂ ਆਇਆ ਡੇਢ ਮਹੀਨਾ ਪਾਣੀ ਆਇਆ ਨਹੀਂ ਜੀ ਡੇਢ ਮਹੀਨਾ ਹੋ ਗਿਆ ਪਾਣੀ ਨਹੀਂ ਆਇਆ ਉਹਦੇ ਕੋਲੋਂ ਪਹਿਲੇ ਵੀ ਜੀ ਕੋਈ 5-6 ਸਾਲ ਦੀ ਸਮੱਸਿਆ ਹੈ ਇਹੋ ਹੀ ਕਿ ਆਵਾ ਵੀ ਕੋਈ ਮਹੀਨੇ ਬਾਅਦ ਆਂਦਾ ਅੱਧਾ ਘੰਟਾ ਬਾਅਦ ਅੱਧਾ ਘੰਟਾ ਬਾਅਦ ਆਣਾ ਪਾਣੀ ਕਿੱਥੋਂ ਪਿੰਦ ਪਾਣੀ ਪਾਣੀ ਟਰੈਕਟਰ ਮੰਗਾ ਲੈਨੇ ਆ ਮਰੋਲੀ ਮੁੱਲੇ ਅੱਛਾ ਹਾਂਜੀ ਮਰੋਲੀ ਦਾ ਅਸੀਂ ਟਰੈਕਟਰ ਮੰਗਾ ਲੈਨੇ ਤਾਂ ਉਹ ਪਾਣੀ ਪੀਨੇ ਆ ਅਸੀਂ 4-5 ਦਿਨ ਦੇ ਬਾਅਦ ਅਸੀਂ ਗੱਡੀ ਮੰਗਾਣਾ ਪਉਂਦੀ ਪਾਣੀ ਦੀ ਤੁਸੀਂ ਕਿ ਡਿਮਾਂਡ ਕਰਦੇ ਹੋ असि इो डिमांड करने के सू पानी आ जाना चाहिए पानी थोड़ा चाहिए सू मत दिन दूए त्रीए दिन ही आ गया त्रीए दिन ही आ गया सही किन्ने घर इतने पानी आते इत साढ़े ना कोई 15 घर हैं साढ़े हाँ इन्हें कोई हैडपंप भी है उपर साढ़े इधर चौधरियों का महला है सारे घरें लगे देना हैडपंप एक साढ़े महल च नहीं आने साढ़े जलाएं के घर मुसलमानें दो त्रै माशें के घर मेघें घर 5-6 बस इंदे नहीं आया हैडपंप लगे बोलते सानू भी लाना हैडपंप लाना या अं पहले बड़ी कोशिश की गड्डिया भी रोकिया हियां तो तामी अपने खेतरें रातों रात टपाइया लेइए गड्डिया तो उपर लाया इन्हें हैडपंप तो बोलते तो मार्च महीने लाई दिए इन्हें नहीं लाई दिता सानू मार्च महीने बस पानी की समस्या है कि और कोई समस्या नहीं है जी कितनी देर हो गई समस्या कि आंदा तो साले का बदा नहीं आंदा पर वैसे हुन सोए च आया ही नहीं पानी दो चार दो तीन महीने डेढ़ महीना तो उका ही नहीं पानी आया तो मजदूर लोग है कुत्थों गए मुल्ले भी कुत्थों सटागे पानी कुत्थों लेगे पानी पानी तो पीना ना पानी पीना कोई काम नहीं चलता ना सानू पानी चाहिए कि नहीं शशि देवी जी ਇਸਕੇ ਕੇਸ ਮਸੇ ਹੈ ਜੀ ਜਨਾਬ ਸਾਨੂੰ ਪਾਣੀ ਨਹੀਂ ਆਂਦਾ ਕਿ ਅਸੀਂ ਜੰਨੇ ਜਿੱਥੇ ਵੀ ਜਾਚਾ ਨਾ ਲੋਕ ਆਪਣੀਆਂ ਬੋਤਾਂ ਕਰਾਈਆਂ ਜਿੱਥੇ ਵੀ ਜੰਨੇ ਨਾ ਬੋਲਦੇ ਨਹੀਂ ਬੱਤੀ ਨਹੀਂ ਪਾਣੀ ਨਹੀਂ ਅਸੀਂ ਜਿੰਦਾ ਜੰਨੇ ਨਾ ਉਹਦੇ ਭਾਂਡੇ ਖਾਲੀ ਲੈ ਜਾਂਦੇ ਕੋਈ ਨਹੀਂ ਸਾਨੂੰ ਪਾਣੀ ਵੀ ਦਿੰਦਾ 6-6 ਮਹੀਨੇ ਸਾਲ-ਸਾਲ ਮਹੀਨੇ ਪਾਣੀ ਹੋਈ ਜਾਂਦੇ ਭਾਂਡੇ ਸਾਡੇ ਸੁੱਕੀ-ਸੁੱਕੀ ਜਾਂਦੇ ਉਹ ਡਰਮ 3-4 ਖਾਲੀ ਪਏ ਹੁੰਦੇ ਇੱਕ-ਇੱਕ ਘਰ ਵਾਸਤੇ ਪਾਣੀ ਕੋਈ ਕੁਸਾਈ ਨਹੀਂ ਹੈ ਮਤਲਬ ਪਾਣੀ ਐ ਹੀ ਨਹੀਂ ਹੈ ਤੇ ਜਿਹਦੇ ਜਾਗੇ ਨਾ ਉਹ ਜਾਂਦਾ ਪਾਣੀ ਨਹੀਂ ਜਿਹਦੇ ਜਾਗੇ ਅੱਗੇ ਜਿਹੜੇ ਲੋਕ ਸੌਖੇ ਨੇ ਉਹ ਤੇ ਗੱਡੀਆਂ ਸਟਾਈ ਲੈਂਦੇ ਅਸੀਂ ਵਿਚਾਰੇ ਦਿਹਾੜੀਦਾਰ ਬੰਦੇ ਅਸੀਂ ਕਿੱਥੋਂ ਗੱਡੀਆਂ ਸਟਾਣੀਆਂ ਹੈ ਸ਼ਾਮੀ ਸਾਨੂੰ ਆਟਾ ਨਹੀਂ ਹੁੰਦਾ ਖਾਣੇ ਤਾਂ ਅਸੀਂ ਗੱਡੀਆਂ ਕਿੱਥੋਂ ਸਟਾਣੀਆਂ ਅਸੀਂ ਸਟਾਈ ਸਕਨੇ ਗੱਡੀਆਂ ਸਾਡੇ ਬੱਚੇ ਨੇ 4-4 ਬੱਚੇ 3-3 ਬੱਚੇ ਰੋਟੀ ਖਾਣ ਵਾਲੇ ਅਸੀਂ ਗੱਡੀਆਂ ਨਹੀਂ ਸਟਾਈ ਸਕਦੇ ਅਸੀਂ ਪਾਣੀ ਲੈਣਿਆ ਕੋਈ ਉਹ ਖੱਲਾਂ ਜੰਨਿਆ ਕੋਈ ਉਹ ਦੁੱਧ ਜੰਨਿਆ ਕਦੇ ਤਖਾਣੇ ਮੱਲੇ ਜੰਨੇ ਕਦੇ ਉੱਧਰ ਵੀ ਜੰਨੇ ਸਾਨੂੰ ਕੋਈ ਪਾਣੀ ਨਹੀਂ ਹੈ ਜਿੱਥੇ ਜੰਨੇ ਅੱਛਾ ਸ਼ਾਮੀ ਆਇਓ ਬੱਤੀਆਂ ਨਹੀਂ ਇਹ ਸ਼ਾਮੀ ਆਇਓ ਸਵੇਰ ਆਇਓ ਸਵੇਰੇ ਲੱਗੇ ਆਈਏ ਜੰਨੇ ਫਿਰ ਵੀ ਸਵੇਰੇ ਖਾਲੀ ਹੈ ਜਾਣਾ ਭਾਂਡੇ ਚੁੱਕੀ ਹੈ ਫਿਰ ਵੀ ਕੋਈ ਹੱਲ ਨਹੀਂ ਸਾਡਾ ਪਾਣੀ ਦਾ ਹੈ ਫਿਰ ਵੀ ਅਸੀਂ ਬਰਖਾ ਪਈ ਤਾਂ ਅਸੀਂ ਡਰੰਮ ਲਾਏ ਹੈ ਟੀਨੇ ਥੱਲੇ ਡਰੰਮ ਲਾਏ ਉਹ ਵੀ ਅੱਧੇ ਛੰਡੋਈਏ ਪਾਉਂਦੇ ਕੁਦਾ ਬਣ ਲੱਗ ਅੱਧੇ ਕੁਦੇ ਪਾਉਂਦੇ ਹੈ ਤਾਂ ਪਾਣੀ ਨਿਆਣੇ ਲੋਕ ਬਰਖਾ ਚੰਦਰ ਪਾਉਂਦੇ ਤਾਂ ਅਸੀਂ ਵਿਹੜਾ ਬਹਿਈਏ ਪਾਣੀ ਭਰਨੇ ਆ ਭਾਂਡੇ ਉਹ ਬਾਲਟੀਆਂ 'ਚ ਪਾਈ ਪਾਈ ਤੇ ਫਿਰ ਅਸੀਂ ਡਰਮੇ 'ਚ ਸੁੱਟਣਾ ਪਾਣੀ ਪੂਰੀ ਬਰਖਾ ਪਾਣੀ ਤੇ ਫਿਰ ਪਾਣੀ ਸਾਨੂੰ ਧੋਂਦਾ ਬਸ ਜਨਾਬ ਸਾਡੀ ਅੱਜ ਦਾ ਪ੍ਰੋਟੈਸਟ ਮੈਂ ਇਹ ਨਹੀਂ ਆਖਣਾ ਪੇ ਮੁੱਦਾ ਪਰਦਾ ਹੈ ਮੈਂ ਪੂਰੇ ਕਠੂਏ ਗੱਲ ਕਰਨਾ ਕਿ ਦੇਖੋ ਜਦੋਂ ਮੋਦੀ ਸਾਹਿਬ ਨੇ ਆਖਿਆ ਕਿ ਜਲ ਪੀਐਚਈ ਕਟੀਏ ਜਲ ਸ਼ਕਤੀ ਬਣਾਈ ਤਾਂ ਪਾਣੀ ਉਹਨੇ ਕਰੇ ਲੱਗਾ ਪੁੱਜਦਾ ਮੋਟਰਾਂ ਉਹਨੇ ਲੋਕਾਂ ਹੀ ਦਿੱਤੀਆਂ ਪਾਣੀ ਉਹਨੇ ਤੱਕ ਸਪਲਾਈ ਹੋਈ ਮਰੇ ਗਰੀਬ ਤਾਂ ਫੇਰ ਤੋਂ ਲੋਕੇ ਪਾਣੀ ਕਿਉਂ ਨਹੀਂ ਪੁੱਜਾਦਾ ਮੈਂ ਮੋਦੀ ਸਾਹਿਬ ਅੱਗੇ ਕਲੈਪੀ ਕਰਨਾ ਮੋਦੀ ਸਾਹਿਬ ਅਗਰ ਦਿੱਲੀ ਸਾਹਿਬ ਤੁਸੀਂ ਸੁਣਾ ਸਾਡੀ ਜਨਤਾ ਦੀ ਆਵਾਜ਼ ਸੁਣਾ ਦਿਓ ਤਾਂ ਤੁਹਾਨੂੰ ਇਸ ਗੱਲ ਦੀ ਬਾਤ ਜਨਤਾ ਪਾੜੇਗੀ ਸ਼ਰਮ ਹੋਣੀ ਹੈ ਇਸ ਗੱਲ ਦੀ ਵਿੱਚ ਕਿ ਜਿਹੜੇ ਜਿਹੜੇ ਲੋਕੇ ਪਾਣੀ ਚਾਹਦਾ ਉਹਨੇ ਲੋਕੇ ਦੋ ਦੋ ਮਹੀਨੇ ਲੋਕੇ ਕਦੇ ਤੱਕ ਪਾਣੀ ਨਹੀਂ ਪੁੱਜਾਦਾ ਤਾਂ ਦੱਸੋ ਤੁਸੀਂ ਸਤਾ ਵਿੱਚ ਬੈਠਾ ਤੁਹਾਨੂੰ ਕੋਈ ਅਧਿਕਾਰ ਨਹੀਂ ਆਜ ਦੀ ਡੇਟ ਵਿੱਚ ਤਾਂ ਆਮ ਆਦਮੀ ਪਾਰਟੀ ਪਹਿਲਾਂ ਵੀ ਸੰਘਰਸ਼ ਕਰਾ ਦੀ ਅੱਜ ਵੀ ਕਰਾ ਦੀ ਹੈ ਜਿਹੜਾ ਪਾਣੀ 24 ਘੰਟੇ ਲੋਕਾਂ ਇਹਨੇ ਪਾਣੀ 24 ਘੰਟੇ ਦਿਆਗਾ ਤਾਂ ਉਹ ਆਮ ਆਦਮੀ ਪਾਰਟੀ ਦਾ ਦੇਣਾ ਹੈ ਆਮ ਆਦਮੀ ਪਾਰਟੀ ਨੇ ਬਿਜਲੀ ਦੇਣੀ ਹੈ ਆਮ ਆਦਮੀ ਪਾਰਟੀ ਨੇ ਸਵੱਛ ਸਿੱਖਿਆ ਅਭਿਆਨ ਦੇਣਾ ਹੈ ਸਭ ਕੁਝ ਆਮ ਆਦਮੀ ਪਾਰਟੀ ਨੇ ਤੇ ਜਿਹੜੀ ਸਾਡੀ ਜੰਮੂ ਕਸ਼ਮੀਰ ਦੀ ਗਵਰਨਮੈਂਟ ਹੈ ਜਿਹੜੀ ਐਲਜੀ ਸਾਹਿਬ ਉਹ ਵੀ ਬੀਜੇਪੀ ਦੇ ਚੇਅਰਮੈਨ ਸਾਹਿਬ ਉਹ ਵੀ ਬੀਜੇਪੀ ਦੇ ਪ੍ਰਧਾਨ ਮੰਤਰੀ ਸਾਹਿਬ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਤੇ ਜਿਹੜੇ ਐਮਪੀ ਸਾਡੇ ਮੈਂਬਰ ਪਾਰਲੀਮੈਂਟ ਉਹ ਵੀ ਬੀਜੇਪੀ ਦੇ ਸਾਰਾ ਸਿਸਟਮ ਬੀਜੇਪੀ ਦਾ ਤੇ ਜਿਹੜਾ ਇੱਥੇ ਪਾਣੀ ਲੋਕਾਂ ਦਾ ਘਰ ਕਹਿ ਨਹੀਂ ਪੁੱਜਾ ਦੀ ਡੇਟ ਵਿੱਚ ਇਹ ਲੋਕਾਂ ਵੋਟ ਪਾ ਦੇਣੇ ਲੋਕਾਂ ਮਾਤਾ ਪਿਤਾ 60-70 ਸਾਲ ਹੋਈ ਜਾਂ ਇਹਨਾਂ ਬਜ਼ੁਰਗ ਹੋਈਏ ਇਹਨਾਂ ਕੋਲ ਲੋਕ ਪਾਣੀ ਪੁੱਜਾ ਨਹੀਂ ਕਰਦਾ ਕਿਆ ਇਹ ਲੋਕ ਸਿਰਫ ਵੋਟ ਪਾਣੇ ਦੇ ਹੱਕਦਾਰ ਨੇ
एससी एसटी की गल करा अच्छी डिबेट इस वे एसटी भी खड़ोते इतने इतने एससी भी खड़ोते हैं सिर्फ लोग वोट पाने के हकदार आई दे जी महाराज वोट पाओ अज उन्हें लोगों को पानी नहीं पुजा क्या नहीं पुजा दा तो प्रधानमंत्री मोदी साहब मैं थोड़ा अगर बार बार क्वेश्चन करना और साढ़े जेडे जे सा पी एच ए जे एक्शन साहब विक्रम डोगरा क्या उन्हें अगर बार बार रिक्वेस्ट करना कि डोगरा साहब तो उन्हें यह सोचा भी प्रोटेस्ट करते लोग तो चुप रोते हैं आई नहीं लोगों की सोमवार उत्थे धरना दे के अगर लोगों का पानी समस्या नहीं हल होगा ये साड़ी माता भैन कोई इंजा नहीं है खड़ोती धुप्पा बच्चे और थोड़े अपने तुम पक्खे पीछे एसी पीछे बैठे थे साड़िया माता भैन जो अच्छे धुप्पा बच्चे खजल होवा दी हैं क्या होवा दी हैं क्योंकि लोग वोट पा देना है जल्द वोट पाई देते फिर तुम तो लोगों का काम क्या नहीं करते तो मैं मीडिया माध्यम के जरूर करना चाहता कि लोगों पानी की समस्या हल होनी चाहिए नहीं तो यह जिन्हें लोगों लेकर मैं छड़ के उग्र अंदोलन करगा और जिन्हें जिम्मेवारी होगी डिप्टी कमिश्नर की होगी तो पी एच ई डिपार्टमेंट की होगी जय हिंद जय भारत।